ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮਾਤਾ ਗੁਜਰੀ ਨਾ ਗੁਜਰੀ ਸੀ ਜਿੱਥੇ ਬਹੁਤ ਮਾੜੀ, ਇੱਕ ਠੰਡਾ ਸੀ ਬੁਰਜ ਜੀ ਉੱਤੋਂ ਠਾਰ ਦੀ ਸੀ ਠਾਰੀ। ਜੀ ਮਾਤਾ ਗੁਜਰੀ ਨਾ ਗੁਜਰੀ ਸੀ ਜਿੱਥੇ ਬਹੁਤ ਮਾੜੀ, ਇੱਕ ਠੰਡਾ ਸੀ ਬੁਰਜ ਜੀ ਉੱਤੋਂ ਠਾਰ ਦੀ ਸੀ ਠਾਰੀ। ਦੋਵੇਂ ਲਾਲ ਉਹਨੇ ਬੁੱਕਲ ਚਲੈ ਲਵੇ, ਉੱਤੋਂ ਕਹਿਰ ਬਰਤਾਉਂਦੀ ਸੀਗੀ ਠੰਡ ਪਈ। ਸ਼ਿਮਲਾ ਤਾਂ ਸਾਰਿਆਂ ਨੇ ਘੁੰਮਿਆ, ਦੱਸੋ ਕੌਣ ਕੌਣ ਗਿਆ ਸਰਹੰਦ ਪਈ। ਅੱਜ ਤੁਸੀਂ ਆਪਣੇ ਸ਼ਬਦਾਂ ਵਿੱਚ ਬਿਆਨ ਕਰ ਰਹੇ ਹੋ ਚਾਰ ਸਾਹਿਬਜ਼ਾਦਿਆਂ ਨੂੰ, ਤੁਹਾਨੂੰ ਪਤਾ ਚਾਰ ਸਾਹਿਬਜ਼ਾਦੇ ਕੌਣ? ਹਾਂਜੀ, ਅਜੀਤ ਸਿੰਘ ਜੀ, ਜੋਰਾਵਰ ਸਿੰਘ ਜੀ, ਜੁਝਾਰ ਸਿੰਘ ਜੀ ਤੇ ਫਤਿਹ ਸਿੰਘ ਜੀ। ਕਿਵੇਂ ਸ਼ੌਂਕ ਪਿਆ, ਕਿਉਂਕਿ ਇਹ ਜਿਹੜੇ ਹੈਗੇ ਆ ਗੁਰਸਿੱਖੀ ਵੱਲ, ਕਿਉਂਕਿ ਅੱਜ ਕੱਲ੍ਹ ਦੇ ਬੱਚੇ ਦੀ ਗੱਲ ਕਰੀਏ, ਤੁਹਾਡਾ ਮਨ ਕਰਦਾ ਵੀ ਫੋਨ ਚਲਾਉਣ ਦਾ ਕਿ ਇੱਧਰ ਸਿੱਖ ਵੱਲ ਜਾਣ ਦਾ? ਛੋਟੇ ਹੁੰਦਿਆਂ ਤੋਂ ਹੀ ਅਸੀਂ ਨਗਰ ਕੀਰਤਨ ਦੇ ਸ਼ਬਦ ਬੋਲਦੇ ਆਏ ਹਾਂ ਅਤੇ ਹੁਣ ਵੀ ਸਾਡਾ ਇੰਟਰਸਟ ਹੈਗਾ ਇਹਦੇ 'ਚ ਬਹੁਤ ਜ਼ਿਆਦਾ। ਜ਼ਿਆਦਾ ਫੋਨ ਯੂਜ਼ ਕਰਦੇ ਹੋ ਕਿ ਰੱਬ ਦਾ ਨਾਮ ਲੈਂਦੇ ਹੋ? ਰੱਬ ਦਾ ਨਾਮ ਵਧੀਆ ਲੱਗਦਾ ਹੈ, ਰੱਬ ਦਾ ਨਾਮ ਲੈਣਾ। ਅੱਛਾ, ਕਿਹਨੇ ਸਿਖਾਇਆ ਤੁਹਾਨੂੰ? ਦਾਦੀ ਨੇ। ਤੁਹਾਡਾ ਸੁਪਨਾ ਸੀਗਾ ਵੀ ਤੁਸੀਂ ਕਦੇ ਗੀਤਕਾਰ ਬਣੋ? ਮੇਰਾ ਆਪਣਾ ਨਹੀਂ ਸੀ, ਮੈਂ ਆਪਣੇ ਪਹਿਲਾਂ ਮੁੰਡੇ ਨੂੰ ਵੀ ਇਸ ਤਰ੍ਹਾਂ ਸਿਖਾਉਂਦੀ ਰਹੀ, ਸਕੂਲ 'ਚ ਬਹੁਤ ਉਹ ਗਾਉਂਦਾ ਰਿਹਾ, ਧਾਰਮਿਕ ਵੀ ਗਾਣੇ ਵੀ। ਹੁਣ ਮੇਰਾ ਬੱਚਿਆਂ ਵਾਲਾ ਵੀ, ਕੁੜੀਆਂ ਲਾਇਕ ਉੱਠਣ, ਪਤਾ ਲੱਗੇ ਵੀ ਫਲਾਨੇ ਦੀਆਂ ਬੱਚੀਆਂ ਵਾ, ਮੈਨੂੰ ਆਪ ਨੂੰ ਸ਼ੌਂਕ ਆ। ਅਸੀਂ ਤਿੰਨੇ ਜਾਣੀਆਂ ਉੱਪਰ ਬਹਿ ਜਾਂਦੀਆਂ, ਮੈਂ ਇਹਨਾਂ ਨੂੰ ਸਿਖਾਉਂਦੀ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਤੇ ਮੈਂ ਹਾਂ ਨੇਹਾ ਮਲਿਕ। ਅੱਜ ਅਸੀਂ ਤੁਹਾਨੂੰ ਦੋ ਇੰਨੀਆਂ ਪਿਆਰੀਆਂ ਕੁੜੀਆਂ ਨਾਲ ਮਿਲਵਾਉਣ ਜਾ ਰਹੇ ਹਾਂ ਕਿ ਜੋ ਰੱਬ ਦੇ ਅਰਦਾਸ ਵੱਲ ਲੱਗੀਆਂ ਹੋਈਆਂ ਨੇ। ਜੇ ਅੱਜ ਕੱਲ੍ਹ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਜਿਹੜੇ ਨੇ ਫੋਨ ਵਿੱਚ ਲੱਗੇ ਰਹਿੰਦੇ ਨੇ, ਅਤੇ ਪਰ ਅੱਜ ਸਾਡੇ ਕੋਲ ਦੋ ਕੁੜੀਆਂ ਮੌਜੂਦ ਨੇ, ਇੱਕ 12 ਸਾਲ ਦੀ ਹੈ ਅਤੇ ਇੱਕ ਕੇਵਲ 8 ਸਾਲ ਦੀ ਕੁੜੀ ਹੈ ਜੋ ਕਿ ਗੁਰਸਿੱਖੀ ਵੱਲ ਲੱਗੀਆਂ ਹੋਈਆਂ ਨੇ। ਅਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਪੁੱਛਾਂਗੇ ਉਹਨਾਂ ਦਾ ਜਿਹੜਾ ਇੰਟਰਸਟ ਆ ਉਹ ਕਿੱਦਾਂ ਪਿਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਹਾਡਾ ਗੁੱਡ ਨੇਮ? ਨਵਰੀਤ ਕੌਰ। ਤੁਹਾਡਾ ਗੁੱਡ ਨੇਮ? ਤਨਵੀਰ ਕੌਰ। ਤਨਵੀਰ ਕੌਰ ਤੇ ਨਵਨੀਤ ਕੌਰ, ਤੋ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਕੀ ਸੁਣਾਓਗੇ? ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਕਵਿਤਾ ਸੁਣਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮਾਤਾ ਗੁਜਰੀ ਨਾ ਗੁਜਰੀ ਸੀ ਜਿੱਥੇ ਬਹੁਤ ਮਾੜੀ, ਇੱਕ ਠੰਡਾ ਸੀ ਬੁਰਜ ਜੀ ਉੱਤੋਂ ਠਾਰ ਦੀ ਸੀ ਠਾਰੀ। ਜੀ ਮਾਤਾ ਗੁਜਰੀ ਨਾ ਗੁਜਰੀ ਸੀ ਜਿੱਥੇ ਬਹੁਤ ਮਾੜੀ, ਇੱਕ ਠੰਡਾ ਸੀ ਬੁਰਜ ਜੀ ਉੱਤੋਂ ਠਾਰ ਦੀ ਸੀ ਠਾਰੀ। ਦੋਵੇਂ ਲਾਲ ਉਹਨੇ ਬੁੱਕਲ ਚਲੈ ਲਵੇ, ਉੱਤੋਂ ਕਹਿਰ ਬਰਤਾਉਂਦੀ ਸੀਗੀ ਠੰਡ ਪਈ। ਸ਼ਿਮਲਾ ਤਾਂ ਸਾਰਿਆਂ ਨੇ ਘੁੰਮਿਆ, ਦੱਸੋ ਕੌਣ ਕੌਣ ਗਿਆ ਸਰਹੰਦ ਪਈ। ਸ਼ਿਮਲਾ ਤਾਂ ਸਾਰਿਆਂ ਨੇ ਘੁੰਮਿਆ, ਦੱਸੋ ਕੌਣ ਕੌਣ ਗਿਆ ਸਰਹੰਦ ਪਈ। ਇੱਕ ਪੈਰ ਮਹਿਲਾਂ ਤੇ, ਇੱਕ ਤਖਤੋਂ ਤਾਜਿਆਂ ਤੇ, ਚਿੜੀਆਂ ਅੱਗੇ ਕਿਉਂ ਝੁਕਣ ਗਿਆ ਏ ਬੱਚੇ ਸੂਰੇ ਬਾਜਾਂ ਦੇ। ਨਿੱਕੇ ਬੱਚਿਆਂ ਦਾ ਵੇਖ ਲਵੋ ਜਿਗਰਾ, ਸਿਰ ਕੱਟੀ ਖੜੇ ਜਮਾਂ ਵੀ ਨੀ ਡੋਲਦੇ। ਲਈ ਪਿਤਾ ਦੇ ਸ਼ਮੀਸ਼ ਖੋਲੋ ਸਿੱਖਿਆ, ਪੱਗ ਸਿੱਖੀ ਦੀ ਨਾ ਮਿੱਟੀ ਵਿੱਚ ਰੋਲਦੇ ਰੋਲਦੇ। ਨਿੱਕੇ ਬੱਚਿਆਂ ਦਾ ਵੇਖ ਲਵੋ ਜਿਗਰਾ, ਸਿਰ ਕੱਟੀ ਖੜੇ ਜਮਾਂ ਵੀ ਨੀ ਡੋਲਦੇ। ਲਈ ਪਿਤਾ ਦੇ ਸ਼ਮੀਸ਼ ਖੋਲੋ ਸਿੱਖਿਆ, ਪੱਗ ਸਿੱਖੀ ਦੀ ਨਾ ਮਿੱਟੀ ਵਿੱਚ ਰੋਲਦੇ। ਅੱਜ ਤੁਸੀਂ ਆਪਣੇ ਸ਼ਬਦਾਂ ਵਿੱਚ ਬਿਆਨ ਕਰ ਰਹੇ ਹੋ ਚਾਰ ਸਾਹਿਬਜ਼ਾਦਿਆਂ ਨੂੰ, ਤੁਹਾਨੂੰ ਪਤਾ ਚਾਰ ਸਾਹਿਬਜ਼ਾਦੇ ਕੌਣ ਸੀਗੇ? ਹਾਂਜੀ, ਇੱਕ ਅਜੀਤ ਸਿੰਘ ਜੀ, ਜੋਰਾਵਰ ਸਿੰਘ ਜੀ, ਜੁਝਾਰ ਸਿੰਘ ਜੀ ਤੇ ਫਤਿਹ ਸਿੰਘ ਜੀ। ਧੰਨਵਾਦ।
ਜੇ ਤੁਹਾਨੂੰ ਇਹ ਕਿਵੇਂ ਸ਼ੌਂਕ ਪਿਆ, ਕਿਉਂਕਿ ਇਹ ਜਿਹੜੇ ਹੈਗੇ ਆ ਗੁਰਸਿੱਖੀ ਵੱਲ, ਕਿਉਂਕਿ ਅੱਜ ਕੱਲ੍ਹ ਦੇ ਬੱਚੇ ਦੀ ਗੱਲ ਕਰੀਏ, ਤੁਹਾਡਾ ਮਨ ਕਰਦਾ ਵੀ ਫੋਨ ਚਲਾਉਣ ਦਾ ਕਿ ਇੱਦਾਂ ਸਿੱਖ ਵੱਲ ਜਾਣ ਦਾ? ਸਿੱਖੀ ਵੱਲ ਜਾਣ ਦਾ ਸਾਡਾ, ਅਸੀਂ ਸ਼ੁਰੂ ਤੋਂ ਹੀ ਛੋਟੇ ਹੁੰਦਿਆਂ ਤੋਂ ਹੀ ਅਸੀਂ ਨਗਰ ਕੀਰਤਨ ਦੇ ਸ਼ਬਦ ਬੋਲਦੇ ਆਏ ਹਾਂ, ਅਤੇ ਹੁਣ ਵੀ ਸਾਡਾ ਇੰਟਰਸਟ ਹੈਗਾ ਇਹਦੇ 'ਚ ਬਹੁਤ ਜ਼ਿਆਦਾ। ਜਦੋਂ ਫੋਨ ਯੂਜ਼ ਕਰਦੇ ਹੋ ਕਿ ਰੱਬ ਦਾ ਨਾਮ ਲੈਂਦੇ ਹੋ ਤੁਸੀਂ? ਤੁਸੀਂ ਸਕੂਲ ਜਾਂਦੇ ਹੋ ਕਿਹੜੀ ਕਲਾਸ 'ਚ? ਸਿਕਸਥ ਕਲਾਸ। ਤੇ ਤੁਸੀਂ? ਸੈਕਿੰਡ ਕਲਾਸ 'ਚ ਹੋ। ਤੇ ਸੈਕਿੰਡ ਕਲਾਸ ਦੇ ਵਿੱਚ ਤੁਹਾਡੇ ਨਾਲ ਦੇ ਕਿੰਨੇ ਬੱਚੇ ਆ ਜਿਹੜੇ ਕਿ ਤੁਹਾਡੇ ਵਾਂਗੂ ਸ਼ਬਦ ਪੜ੍ਹਦੇ ਨੇ? ਕੋਈ ਨਹੀਂ ਹੈ। ਕੋਈ ਨਹੀਂ ਹੈਗਾ। ਪ੍ਰਾਊਡ ਫੀਲ ਹੁੰਦਾ ਹੈ ਜਦੋਂ ਸਾਰੇ ਸਾਹਮਣੇ ਤੁਹਾਡਾ ਨਾਂ ਲਿਆ ਜਾਂਦਾ ਹੈ? ਹਾਂਜੀ। ਅੱਛਾ, ਤੁਹਾਨੂੰ ਪ੍ਰਾਊਡ ਫੀਲ ਹੁੰਦਾ? ਕਿੱਦਾਂ ਦਾ ਫੀਲ ਹੁੰਦਾ ਜਦੋਂ ਤੁਹਾਡੀ ਦਾਦੀ ਦੇ ਜਿਹੜੇ ਗੁਣ ਆ ਉਹ ਤੁਹਾਡੇ ਵੱਲ ਦੇਖੇ ਜਾਂਦੇ ਨੇ? ਬਹੁਤ ਵਧੀਆ ਫੀਲ ਹੁੰਦਾ। ਬਹੁਤ ਵਧੀਆ ਫੀਲ ਹੁੰਦਾ। ਇੱਕ ਅਲੱਗ ਹੀ ਆਪਣੀ ਉਹ ਬਣਦੀ ਹੋਊਗੀ ਕਿ ਇੱਕ ਮੈਂ ਅਲੱਗ ਹੀ ਲੈਵਲ 'ਤੇ ਆ, ਹੈ ਨਾ? ਹਾਂਜੀ। ਤੇ ਨਾਲ ਹੀ ਅਸੀਂ ਦਾਦੀ ਜੀ ਨੂੰ ਵੀ ਮਿਲਾਂਗੇ, ਜਿਨ੍ਹਾਂ ਕਰਕੇ ਜਿਨ੍ਹਾਂ ਦੀ ਪੋਤਰੀਆਂ ਇੰਨਾ ਸੋਹਣਾ ਸਿੱਖੀ ਵੱਲ ਜਾ ਰਹੀ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਜੀ। ਸੋ ਦਾਦੀ ਜੀ, ਤੁਹਾਡਾ ਸੁਪਨਾ ਸੀਗਾ ਵੀ ਤੁਸੀਂ ਕਦੇ ਗੀਤਕਾਰ ਬਣੋ? ਮੇਰਾ ਆਪਣਾ ਨਹੀਂ ਸੀ, ਮੈਂ ਆਪਣੇ ਪਹਿਲਾਂ ਮੁੰਡੇ ਨੂੰ ਵੀ ਇਸ ਤਰ੍ਹਾਂ ਸਿਖਾਉਂਦੀ ਰਹੀ ਸਕੂਲ 'ਚ, ਬਹੁਤ ਉਹ ਗਾਉਂਦਾ ਰਿਹਾ ਧਾਰਮਿਕ ਵੀ ਗਾਣੇ ਵੀ। ਹੁਣ ਮੇਰਾ ਬੱਚਿਆਂ ਵਾਲਾ ਵੀ ਕੁੜੀਆਂ ਵਾ ਲਾਇਕ ਉੱਠਣ, ਪਤਾ ਲੱਗੇ ਵੀ ਫਲਾਨੇ ਦੀਆਂ ਬੱਚੀਆਂ ਵਾ। ਮੈਨੂੰ ਆਪ ਨੂੰ ਸ਼ੌਂਕ ਆ, ਅਸੀਂ ਤਿੰਨੇ ਜਾਣੀਆਂ ਉੱਪਰ ਬਹਿ ਜਾਂਦੀਆਂ, ਮੈਂ ਇਹਨਾਂ ਨੂੰ ਸਿਖਾਉਂਦੀ ਹਾਂ, ਸਿੱਖਦੀਆਂ ਬੜੇ ਧਿਆਨ ਨਾਲ ਸਿੱਖਦੀਆਂ। ਕਿਵੇਂ ਸ਼ੌਂਕ ਪਿਆ ਕਿ ਤੁਸੀਂ ਇਹਨਾਂ ਨੂੰ ਚੂਜ਼ ਕਰੀਏ ਕਿ ਇਹ ਜਾ ਕੇ ਉਹ ਚੀਜ਼ ਕਰਨ? ਸਿਰਫ ਇਹ ਮੈਨੂੰ ਇਹ ਵੀ ਚੰਗੇ ਪਾਸੇ ਬੱਚੇ ਲੱਗਣ, ਬੱਚੇ ਮੋਬਾਈਲਾਂ ਨਾਲ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਆ। ਮੈਨੂੰ ਇਹ ਆ ਵੀ ਚੰਗੇ ਪਾਸੇ ਬੱਚੇ ਲੱਗੇ ਰਹਿਣ ਜੀ, ਮਾੜੇ ਪਾਸੇ ਨਾ। ਫੋਨਾਂ 'ਚ ਬਹੁਤ ਕੁਛ ਆ ਰਿਹਾ ਵਾ, ਮੈਨੂੰ ਨਹੀਂ ਉਹ ਕੁਛ ਚੰਗਾ ਲੱਗਦਾ, ਮੈਨੂੰ ਇਹ ਬੱਚੇ ਲਾਇਕ ਨਿਕਲ। ਬਸ ਜਿਵੇਂ ਕਿ ਇਹ ਹਜੇ ਇੰਨੀ ਛੋਟੀਆਂ ਨੇ, ਇੱਕ 6ਵੀਂ ਕਲਾਸ 'ਚ ਹੈ ਅਤੇ ਇੱਕ ਦੂਜੀ ਕਲਾਸ 'ਚ ਹੈ, ਕਿੰਨਾ ਕੁ ਮੈਨੇਜ, ਕਿੰਨਾ ਕੁ ਔਖਾ ਹੁੰਦਾ ਇਹਨਾਂ ਨੂੰ ਮੈਨੇਜ ਕਰਨਾ? ਕੁਛ ਵੀ ਨਹੀਂ, ਮੈਨੂੰ ਔਖਾ ਲੱਗਦਾ, ਇਹ ਆਪਣੇ ਆਪ ਹੀ ਮੇਰੇ ਕੋਲ ਬਹਿੰਦੀਆਂ ਵੀ ਦਾਦੀ ਸਾਨੂੰ ਦੱਸੋ, ਮੈਂ ਫਿਰ ਦੱਸ ਦਿੰਦੀ। ਅੱਜ ਕੱਲ੍ਹ ਦੇ ਜੇ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਅੱਜ ਕੱਲ੍ਹ ਜਿਹੜੇ ਆ ਸੌਂਗ ਵੱਲ ਜ਼ਿਆਦਾ, ਜਿਹੜੇ ਗਾਣੇ ਆਉਂਦੇ ਆ ਸਾਡੇ ਟੀ ਵੀ ਐਕਟਰਸ ਨੂੰ ਦੇਖਦੇ, ਉਹਦੇ ਵੱਲ ਜ਼ਿਆਦਾ ਅਟਰੈਕਟ ਹੁੰਦੇ। ਜਿਹੜੇ ਗੁਰੂ ਦੀ ਗੱਲ ਕਰੀਏ ਜਾਂ ਰੱਬ ਦੀ ਗੱਲ ਕਰੀਏ, ਉਹ 'ਚ ਜੋ ਬੋਰਿੰਗਨੈਸ ਦਿਖਾਉਂਦੇ, ਇਹਨਾਂ ਦਾ ਕੁਛ ਹੈਗਾ ਇੱਦਾਂ ਦਾ? ਨਹੀਂ, ਆਏ ਤਾਂ ਨਹੀਂ ਹੈਗਾ ਗਾ। ਹੁਣ ਵੀ ਪਾਠ ਕਰਦੀਆਂ, ਇਹ ਪਾਠ ਵੱਡੀ ਨੂੰ ਵੀ ਆ ਰਿਹਾ ਵਾ, ਛੋਟੀ ਨੂੰ ਵੀ ਆ ਰਿਹਾ। ਰਾਤ ਨੂੰ ਪੈਣ ਤੋਂ ਪਹਿਲਾਂ ਜਦੋਂ ਪੈਂਦੇ, ਇਹਨਾਂ ਨੂੰ ਪਤਾ ਦਾਦੀ ਹੁਣ ਕੁਛ ਕਹੂਗੀ, ਪਹਿਲਾਂ ਪਾਠ ਕਰਕੇ ਇਹਨਾਂ ਨੇ ਫਿਰ ਇਹ ਪੈਂਦੀਆਂ, ਐਵੇਂ ਪੈਂਦੀਆਂ ਨੇ। ਦਾਦੀ ਸਾਨੂੰ ਨੀਂਦ ਹੀ ਨਹੀਂ ਆਉਂਦੀ ਜੇ ਅਸੀਂ ਪਾਠ ਨਹੀਂ ਕਰਦੀਆਂ ਤਾਂ, ਪਾਠ ਕਰਕੇ ਪੈਣਾ ਰਾਤ ਨੂੰ। ਕਿ ਇਹ ਉਸ ਵੱਲ ਵੀ ਜਾਂਦੀਆਂ ਨੇ, ਕਿ ਨਗਰ ਕੀਰਤਨ ਵਿੱਚ ਵੀ ਜਾਂਦੀਆਂ ਨੇ ਅਤੇ ਉੱਧਰ? ਦਾਦੀ ਜੀ, ਕਿੱਦਾਂ ਦਾ ਪ੍ਰਾਊਡ ਫੀਲ ਹੁੰਦਾ ਆ? ਬਹੁਤ ਜ਼ਿਆਦਾ। ਐਤਕੀ ਵਾਰ ਇਹ ਤਾਂ ਸਕੂਲੋਂ ਛੁੱਟੀ ਨਹੀਂ ਮਿਲੀਗੀ, ਅਤੇ ਘਰ ਆ ਕੇ ਜਦੋਂ ਦੇਖਿਆ ਵੀ ਨਗਰ ਕੀਰਤਨ ਲੰਘ ਗਿਆ, ਦਾਦੀ ਖੜ੍ਹੇ ਆ ਇਕੱਲੇ ਹੀ, ਹਜੇ ਸਾਨੂੰ ਛੁੱਟੀ ਨਹੀਂ ਮਿਲੀ। ਛੋਟੀ ਬਹੁਤ ਜ਼ਿਆਦਾ ਰੋਈ, ਵੱਡੀ ਫਿਰ ਆ ਕੇ ਰੋਈ ਵੀ ਸਾਡਾ ਐਤਕੀ ਮਿਸ ਹੋ ਗਿਆ ਨਗਰ ਕੀਰਤਨ ਤੋਂ, ਬਹੁਤ ਜ਼ਿਆਦਾ ਰੋਈ ਕੁੜੀ ਇਹ। ਆਹ ਛੋਟੀ ਬਹੁਤ ਰੋਈ। ਛੋਟੀ ਬੱਚੀ ਨਾਲ ਗੱਲ ਕਰਾਂਗੇ, ਬੜੀ ਹੀ ਕਿਊਟ ਹੈ। ਤੁਸੀਂ ਰੋਏ ਸੀਗੇ ਜਦੋਂ ਮਿਸ ਕਰਤਾ ਸੀਗਾ? ਹਾਂਜੀ। ਕਿਉਂ ਰੋਏ ਸੀਗੇ? ਕਿਉਂ ਰੋਈ? ਕਿਉਂ? ਮੈਂ ਹਰ ਵਾਰੀ ਗਾਉਂਦੀ ਹਾਂ, ਇਸ ਵਾਰੀ ਨਹੀਂ ਗਾਇਆ ਤਾਂ ਕਰਕੇ ਰੋਈ ਸੀ। ਅੱਛਾ, ਪੇਪਰ ਸੀਗਾ ਕਿ ਛੁੱਟੀ ਕਿਉਂ ਨਹੀਂ ਕੀਤੀ ਫਿਰ? ਪਾਪਾ ਲੈ ਕੇ ਨਹੀਂ ਆਏ। ਪਾਪਾ ਲੈ ਕੇ ਨਹੀਂ ਆਏ? ਅੱਛਾ, ਤਾਂ ਇੱਦਾਂ ਦਾ ਫੀਲ ਨਹੀਂ ਹੋਇਆ ਕਿ ਅਗਰ ਜੇ ਮੈਂ ਹੁੰਦੀ ਮੈਂ ਇੱਧਰ ਗਾਉਂਦੀ ਤਾਂ ਕਰਕੇ ਰੋਈ ਸੀਗੀ? ਹਾਂਜੀ। ਅੱਛਾ,
ਕੁਝ ਸ਼ਬਦ ਸੁਣਾ ਕੇ ਦਿਖਾਓ ਕੱਲੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮਾਤਾ ਗੁਜਰੀ ਨਾ ਗੁਜਰੀ ਸੀ ਜਿੱਥੇ ਬਹੁਤ ਮਾੜੀ, ਇੱਕ ਠੰਡਾ ਸੀ ਬਰਜ ਜੀ ਉੱਤੋਂ ਠਾਰ ਦੀ ਸੀ ਠਾਰੀ। ਮਾਤਾ ਗੁਜਰੀ ਨਾ ਗੁਜਰੀ ਸੀ ਜਿੱਥੇ ਬਹੁਤ ਮਾੜੀ, ਇੱਕ ਠੰਡਾ ਸੀ ਬਰਜ ਜੀ ਉੱਤੋਂ ਠਾਰ ਦੀ ਸੀ ਠਾਰੀ। ਦੋਵੇਂ ਲਾਲ ਉਹਨੇ ਬੁੱਕਲ ਚ ਲੈ ਲਵੇ, ਉੱਤੋਂ ਕਹਿਰ ਬਰਤ ਆਉਂਦੀ ਸੀਗੀ ਠੰਡ ਪਈ। ਸ਼ਿਮਲਾ ਤਾਂ ਸਾਰਿਆਂ ਨੇ ਘੁੰਮਿਆ, ਦੱਸੋ ਕੌਣ ਕੌਣ ਗਏ ਸਰਹੱਦ ਪਈ। ਸ਼ਿਮਲਾ ਤਾਂ ਸਾਰਿਆਂ ਨੇ ਘੁੰਮਿਆ, ਦੱਸੋ ਕੌਣ ਕੌਣ ਗਏ ਸਰਹੱਦ ਪਈ। ਜੇ ਤੁਸੀਂ ਇਹ ਜਿਹੜੇ ਸ਼ਬਦ ਗਾਏ, ਤੁਹਾਨੂੰ ਪਤਾ ਇਹਨਾਂ ਦਾ ਮਤਲਬ ਕੀ ਹੈ? ਹਾਂਜੀ ਪਤਾ ਹੈ। ਅੱਛਾ, ਕਿਹਨੇ ਸਿਖਾਇਆ ਤੁਹਾਨੂੰ? ਦਾਦੀ ਨੇ। ਦਾਦੀ ਨੇ? ਤੇ ਦਾਦੀ ਨੂੰ ਕੀ ਕਹਿਣਾ ਚਾਹੋਗੇ? ਥੈਂਕ ਯੂ। ਥੈਂਕ ਯੂ ਕਹਿਣਾ ਚਾਹੋਗੇ ਕਿਸ ਲਈ? ਸ਼ਬਦ ਸਿਖਾਉਣ ਲਈ। ਅੱਛਾ, ਅਸੀਂ ਜਿਵੇਂ ਥੋੜ੍ਹੇ ਬੱਚਿਆਂ ਨਾਲ ਗੱਲਬਾਤ ਕੀਤੀ ਆ, ਜਿਹਨਾਂ ਅੱਜ ਕੱਲ੍ਹ ਗੱਲ ਕੀਤੀ ਜਾਵੇ ਫੋਨ ਦੀ, ਪਰ ਫੋਨ ਨੂੰ ਛੱਡ ਕੇ ਉਹ ਸਿੱਖੀ ਵੱਲ ਨੇ, ਗੁਰਸਿੱਖੀ ਵੱਲ ਨੇ, ਜੋ ਕਿ ਬੜੇ ਹੀ ਘੱਟ ਬੱਚੇ ਜਿਹੜੇ ਆ ਕਰਦੇ ਨੇ। ਜੇ ਇਹ ਬੱਚੀਆਂ ਕਰ ਸਕਦੀਆਂ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ? ਅਤੇ ਅਸੀਂ ਇਹੀ ਤੁਹਾਡੇ ਤੋਂ ਉਮੀਦ ਕਰਦੇ ਵੀ ਤੁਸੀਂ ਵੀ ਰੱਬ ਦਾ ਨਾਂ ਘੱਟੋ ਘੱਟ ਦਿਨ ਵਿੱਚ, ਜੇ ਵਾਰ ਵਾਰ ਨਹੀਂ ਲੈ ਸਕਦੇ, ਇੱਕ ਵਾਰ ਤਾਂ ਜ਼ਰੂਰ ਲਿਆ ਕਰੋ। ਅਤੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਇਹਨਾਂ ਦੇ ਜਿਹੜੇ ਸ਼ਬਦ ਇਹਨਾਂ ਦੁਆਰਾ ਬੋਲੇ ਗਏ ਨੇ ਕਿੱਦਾਂ ਦੇ ਲੱਗੇ ਆ। ਅਤੇ ਇੱਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਅਤੇ ਦੇਖਦੇ ਰਹੋ ਦ ਸਿਟੀ ਹੈਡਲਾਈਨ। ਮੈਂ ਨੇਹਾ ਮਲਿਕ, ਕੈਮਰਾ ਪਰਸਨ ਕਰਨ ਕੁਮਾਰ ਨਾਲ।